ਸਮੂਹ ਸੰਸਾਰ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਸਥਾਪਿਤ ਕਰਨ ਦਾ ਐਲਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ 400 ਸਾਲਾ ਬਰੇਗੰਢ ਮਨਾਉਣ ਸਮੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਨ 2004 ਵਿੱਚ ਕੀਤਾ। ਇਹ ਕਾਰਜ ਨੂੰ ਨੇਪਰੇ ਚਾੜਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਮੈਮੋਰੀਅਲ ਟਰੱਸਟ ਦੀ ਸਥਾਪਨਾ ਕਰਕੇ ਇਸ ਮਹਾਨ ਕਾਰਜ ਦਾ ਮੁੱਢ ਬੰਨਿਆ। ਅਖੀਰ ਪੰਜਾਬ ਸਰਕਾਰ ਦੀ ਧਾਰਾ 20 ਅਧੀਨ 2008 ਵਿੱਚ ਇਹ ਯੂਨੀਵਰਸਿਟੀ ਹੋਂਦ ਵਿੱਚ ਆਈ। ਗਿਆਨ ਅੰਜਨ ਗੁਰ ਦਿਆ, ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ, ਅਗਿਆਨ ਅੰਧੇਰ ਵਿਨਾਸ, ਅਗਿਆਨ ਅੰਧੇਰ ਵਿਨਾਸ, ਅਗਿਆਨ ਅੰਧੇਰ ਵਿਨਾਸ, ਗਿਆਨ ਅੰਜਨ ਗੁਰ ਦਿਆ। 14 ਅਗਸਤ 2012 ਨੂੰ ਮਾਣਯੋਗ ਵਾਈਸ ਚਾਂਸਲਰ ਸਾਹਿਬ ਡਾਕਟਰ ਗੁਰਮੋਹਨ ਸਿੰਘ ਜੀ ਅਹੁਦਾ ਸੰਭਾਲਦਿਆਂ ਹੀ ਸਮੂਹ ਵਿਦਿਆਰਥੀਆਂ ਅਤੇ ਸਟਾਫ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਉਣ ਦਾ ਸੁਭਾਗ ਪ੍ਰਾਪਤ ਕੀਤਾ। ਖੂਨਦਾਨ ਮਹਾਂਦਾਨ ਦੇ ਕਥਨ ਅਨੁਸਾਰ ਮਾਨਵਤਾ ਦੀ ਸੇਵਾ ਲਈ ਯੂਨੀਵਰਸਿਟੀ ਕੈਂਪਸ ਵਿੱਚ 2 ਵਾਰ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਵੱਧ ਚੜ੍ਹ ਕੇ ਹਿੱਸਾ ਲਿਆ। ਲੰਡਨ ਦੀਆਂ ਸੜਕਾਂ 'ਤੇ ਸਿੱਖ ਕੌਮ ਦਾ ਗੌਰਵ ਨਾਲ ਲੈ ਕੇ ਮੈਰਾਥਨ ਵਿੱਚ ਦੌੜਨ ਵਾਲੇ ਬਾਬਾ ਫੌਜਾ ਸਿੰਘ ਜਦੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ ਤਾਂ ਇਹ ਸੰਸਥਾ ਦੀ ਫੁਲਵਾੜੀ ਖਿੜ ਕੇ ਦੂਣ ਸਵਾਣੀ ਹੋ ਗਈ। Honorable Vice Chancellor, University of Cambridge, visited to our university on 6 September 2012. He shared his views among the faculty members and students of the university on the hallowed portal of learning and excellence. School of Commerce and Management organized international conference Emerging Paradigms in Business on 21st and 22nd December 2012 in collaboration with PCMA.
The objective of conference was to analyze the contemporary business issues in India today. In this conference, renowned academicians chaired the sessions and nearly 200 research scholars and faculty members participated from various parts of the country. ਜੋੜ ਮੇਲੇ ਦੌਰਾਨ ਸੰਗਤਾਂ ਵਾਸਤੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ। ਯੂਨੀਵਰਸਿਟੀ ਦੇ ਸਾਰੇ ਸਟਾਫ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੰਗਤਾਂ ਤੱਕ ਪਹੁੰਚਾਇਆ। 28 February 2013 ਨੂੰ ਸਾਇੰਸ ਡੇ ਵੱਡੇ ਪੱਧਰ 'ਤੇ ਮਨਾਇਆ ਗਿਆ। ਇਸ ਦੌਰਾਨ ਸ਼ਬਦ ਕੀਰਤਨ ਹੋਇਆ ਅਤੇ VC ਸਾਹਿਬ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਸਾਇੰਸ ਡੇ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਡਾਕੂਮੈਂਟਰੀ, ਸਾਇੰਸ ਮਾਡਲ ਅਤੇ ਚਾਰਟ ਮੇਕਿੰਗ ਦੇ ਮੁਕਾਬਲੇ ਵੀ ਕਰਾਏ ਗਏ। ਫਤਿਹਗੜ੍ਹ ਸਾਹਿਬ ਦੇ ਕਈ ਸਕੂਲਾਂ ਦੇ ਵਿਦਿਆਰਥੀ ਇਸ ਦਿਨ ਸਾਇੰਸ ਡੇ ਦੇਖਣ ਯੂਨੀਵਰਸਿਟੀ ਵਿੱਚ ਪਹੁੰਚੇ ਅਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਵਿਸ਼ਵ ਔਰਤ ਦਿਵਸ ਦੇ ਸੰਦਰਭ ਵਿੱਚ ਪ੍ਰੋਫੈਸਰ ਹਰਪ੍ਰੀਤ ਕੌਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਅੱਗੇ ਔਰਤ ਦੀ ਮਹਾਨਤਾ ਦਾ ਵਰਣਨ ਕੀਤਾ। ਮੈਂ ਬੱਚੀ ਹਾਂ ਦਸ਼ਮੇਸ਼ ਪਿਤਾ ਦੀ, ਮੈਂ ਬੱਚੀ ਹਾਂ ਦਸ਼ਮੇਸ਼ ਪਿਤਾ ਦੀ, ਮੈਂ ਕੀਤਾ ਅੰਮ੍ਰਿਤਪਾਨ, ਸੂਰਮਿਆਂ ਤੋਂ ਮੈਂ ਘੱਟ ਨਹੀਂ ਹਾਂ, ਤੁਸੀਂ ਕਰ ਲਓ ਮੇਰੀ ਪਛਾਣ, ਪਿਆਰ ਗੁਰਾਦਾ ਅੰਦਰ ਮੇਰੇ, ਮੈਨੂੰ ਕਰਦਾ ਹੈ ਬਲਵਾਨ, ਸੀਸ ਦੇਣਾ ਕਮਜ਼ੋਰ ਨਹੀਂ ਪੈਣਾ, ਕਰਨੀ ਸਿੱਖੀ ਦੀ ਸੰਭਾਲ, ਸੋਚ ਸਮਝ ਕੇ ਲਲਕਾਰੀ ਜ਼ਾਲਮਾ, ਮੈਨੂੰ ਕਹਿੰਦਾ ਕੌਰ ਜਹਾਨ, ਮੈਨੂੰ ਕਹਿੰਦਾ ਕੌਰ ਜਹਾਨ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਡਾਕਟਰ AS ਰੈੱਡੀ ਥਾਪਰ ਯੂਨੀਵਰਸਿਟੀ ਅਤੇ ਬੀਬੀ ਕਿਰਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਵਿਗਿਆਨ ਵੱਲੋਂ ਮਨੁੱਖ ਦੇ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਨਾਲ ਨਾਲ ਇਸ ਦੇ ਸਿੱਟੇ ਵਜੋਂ ਕੁਦਰਤੀ ਸੋਮਿਆਂ ਦੇ ਵਿਨਾਸ਼ ਦਾ ਵਰਣਨ ਕਰਦਿਆਂ ਕੁਦਰਤੀ ਸਾਧਨਾਂ ਦੀ ਸੰਜਮਤਾ ਨਾਲ ਵਰਤੋਂ ਅਤੇ ਜ਼ਿੰਦਗੀ ਨੂੰ ਕੁਦਰਤ ਨਾਲ ਇੱਕ ਸੁਰ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਵਿਦਿਆਰਥੀਆਂ ਇੱਕ ਪ੍ਰਦਰਸ਼ਨੀ ਰਾਹੀਂ ਵਾਤਾਵਰਨ ਦੀ ਸੰਭਾਲ ਲਈ ਇੱਕ ਉਦੇਸ਼ ਉਲੀਕਿਆ। ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਬੜੀ ਸ਼ਰਧਾ ਅਤੇ ਚਾਅ ਨਾਲ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਕਵਿਤਾ, ਕਵਿਸ਼ਰੀ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਾਏ ਗਏ। 2012-13 ਦੇ ਸੈਸ਼ਨ ਦੀ ਸਮਾਪਤੀ 'ਤੇ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਦਿਵਸ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਸਹਿਜ ਪਾਠ 'ਤੇ ਭੋਗ ਪਾਏ ਗਏ, ਉਪਰੰਤ ਕਥਾ, ਕੀਰਤਨ ਅਤੇ ਗੁਰਮਤ ਵਿਚਾਰਾਂ ਹੋਈਆਂ। ਵਿਦਿਆਰਥੀਆਂ ਅਤੇ ਸਟਾਫ ਨੇ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਡੇ ਪੱਧਰ 'ਤੇ ਕਈ ਮੱਲਾਂ ਮਾਰੀਆਂ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਈ ਇਤਿਹਾਸਿਕ ਅਤੇ ਇੰਡਸਟਰੀਅਲ ਟ੍ਰਿਪ ਵੀ ਕੀਤੇ ਗਏ। ਇਹ ਸਾਡੀ ਨਿਮਾਣੀ ਜੀ ਕੋਸ਼ਿਸ਼ ਜਿਸ ਰਾਹੀਂ ਅਸੀਂ ਤੁਹਾਡੇ ਨਾਲ ਯੂਨੀਵਰਸਿਟੀ ਦੀਆਂ ਯਾਦਾਂ ਸਾਂਝੀਆਂ ਕਰਵਾਉਣ ਦਾ ਯਤਨ ਕੀਤਾ। ਆਓ ਅਸੀਂ ਸਾਰੇ ਰਲ ਮਿਲ ਕੇ ਯੂਨੀਵਰਸਿਟੀ ਨੂੰ ਦੁਨੀਆ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।